ਰਾਤ ਸਾਨੂੰ ਲਗਭਗ 1:30 ਵਜੇ ਦੇ ਤਕਰੀਬਨ ਇਤਲਾਹ ਮਿਲੀ ਸੀ ਕਿ ਮਿਲਕ ਪਲਾਂਟ ਪਤਰਾਣਾ ਦੇ ਨਜ਼ਦੀਕ ਇੱਕ ਰੋਡ ਐਕਸੀਡੈਂਟ ਹੋਇਆ। ਰੋਡ ਐਕਸੀਡੈਂਟ ਦੇ ਦੌਰਾਨ ਇੱਕ ਮੋਟਰਸਾਈਕਲ ਸਵਾਰ ਦੋ ਨੌਜਵਾਨ ਜੋ ਕਿ ਗੜਸ਼ੰਕਰ ਤੋਂ ਹੁਸ਼ਿਆਰਪੁਰ ਸਾਈਡ ਨੂੰ ਜਾ ਰਹੇ ਸੀ ਅਤੇ ਦੂਸਰੀ ਸਾਈਡ ਤੋਂ ਇੱਕ ਕੈਂਟਰ ਹੁਸ਼ਿਆਰਪੁਰ ਤੋਂ ਗੜਸ਼ੰਕਰ ਸਾਈਡ ਨੂੰ ਆ ਰਿਹਾ ਸੀਗਾ, ਜਿਨ੍ਹਾਂ ਦੀ ਆਪਸ ਵਿੱਚ ਟੱਕਰ ਹੋ ਗਈ ਹੈ। ਟੱਕਰ ਦੌਰਾਨ ਜਿਹੜੇ ਮੋਟਰਸਾਈਕਲ ਸਵਾਰ ਸੀਗੇ ਉਹਨਾਂ ਦੀ ਡੈੱਥ ਹੋ ਗਈ ਦੋਨਾਂ ਬੰਦਿਆਂ ਦੀ। ਉਹਨਾਂ ਦੀ ਜਿਹੜੀ ਡੈੱਡ ਬੋਡੀ ਆ ਉਹ ਅਸੀਂ ਸਿਵਲ ਹਸਪਤਾਲ ਮੋਰਚੀ ਦੇ ਵਿੱਚ ਦਾਖਲ ਕਰਵਾ ਦਿੱਤੀ ਹੈ ਅਤੇ ਜਿਨ੍ਹਾਂ ਦੀ ਮੌਤ ਹੋਈ ਹੈ ਉਹਨਾਂ ਦੇ ਨਾਮ ਇਸ ਪ੍ਰਕਾਰ ਹਨ। ਪਹਿਲਾ ਇੱਕ ਭੁਪਿੰਦਰ ਸਿੰਘ ਸਾਨਾ ਦਲਵੀਰ ਸਿੰਘ ਵਾਸੀ ਚੱਕ ਗੁਜਰਾਂ, ਜਿਹਦੀ ਉਮਰ 27 ਸਾਲ ਹੈ। ਇੱਕ ਨਰਮਲਜੀਤ ਸਿੰਘ ਸਾਨਾ ਜਸਵੰਤ ਰਾਮ ਵਾਸੀ ਕੀਰਤੀ ਨਗਰ, 41 ਸਾਲ ਉਮਰ ਹੈ, ਜੋ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈਗਾ ਸਾਨੂੰ। ਅਤੇ ਫਿਲਹਾਲ ਅਸੀਂ ਇਹਨਾਂ ਦੇ ਵਾਰਸਾਂ ਨੂੰ ਬੁਲਾ ਕੇ ਜੋ ਵੀ ਉਹਨਾਂ ਸਟੇਟਮੈਂਟ ਦੇਣਗੇ ਉਹਦੇ ਖਿਲਾਫ ਉਹਦੇ ਅਕੋਰਡਿੰਗ ਅਸੀਂ ਕਾਰਵਾਈ ਕਰ ਲਵਾਂਗੇ। ਚਾਲਕ ਨੂੰ ਮੌਕੇ ਤੋਂ ਅਸੀਂ ਅਰੈਸਟ ਕਰ ਲਿਆ ਸੀਗਾ, ਬਾਕੀ ਅਸੀਂ ਹਜੇ ਹੋਰ ਜੋ ਜਾਂਚ ਪੜਤਾਲ ਚੱਲ ਰਹੀ ਹੈ ਕੀ ਗੱਲ ਹੋਈ ਇਨਵੈਸਟੀਗੇਸ਼ਨ ਦੌਰਾਨ ਪਤਾ ਲੱਗਿਆ ਕਿ ਕਿਹਦੀ ਗਲਤੀ ਸੀ। ਨਹੀਂ, ਹਜੇ ਉਹ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਾਡੀ।